ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਤਿਹਨਾ ਚੈਨਲ। ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਮਾਈਓ ਪੱਟੀ, ਜ਼ਿਲ੍ਹਾ ਕਪੂਰਥਲਾ ਵਿਖੇ, ਜਿੱਥੇ ਕਿ ਗੁਰਦੁਆਰਾ ਬਾਬਾ ਖੇਮ ਸਿੰਘ ਜੀ ਦੇ ਅਸਥਾਨ 'ਤੇ ਸਮੂਹ ਨਗਨ ਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਬਿਸ਼ਪ ਦੁਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਫਗਲਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਦੱਸਿਆ ਕਿ 27 ਤਰੀਕ ਨੂੰ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ, ਕਥਾਵਾਚਕ ਅਤੇ ਸਿਆਸੀ ਆਗੂ ਪਹੁੰਚ ਰਹੇ ਹਨ। ਕੈਮਰਾ ਪਰਸਨ ਡਾਕਟਰ ਗੋਪੀ ਚੰਦ ਰਾਜਪੁਰ ਭਾਈਆ, ਮੈਂ ਹਰਵਿੰਦਰ ਸਿੰਘ ਭੁੰਗਨੀ, ਫਤਿਹਨਾ ਚੈਨਲ ਬੇਟਿਆਂ ਨੂੰ ਸ਼ਾਮਿਲ। ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ, ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ। ਪੀਰਾਂ ਦਾ ਮਹਾਂਪੀਰ ਤੂੰ ਹੈ, ਫਕਰ ਅਵਲ ਫਕੀਰ ਤੂੰ ਹੈ, ਹਾਸਾ ਵੀ ਤੂੰ ਵੀਰ ਤੂੰ ਹੈ, ਰੂਹ ਦਾ ਅਸਲ ਸਰੀਰ ਤੂੰ ਹੈ, ਸਭ ਭੈਣਾਂ ਦਾ ਵੀਰ ਤੂੰ ਹੈ, ਸ਼ੁਰੂ ਵੀ ਤੂੰ ਅਖੀਰ ਤੂੰ ਹੈ। ਵਾਹ ਗੁਰੂ ਵਾਹ, ਵਾਹ ਗੁਰੂ ਵਾਹ, ਵਾਹ ਗੁਰੂ ਵੀ ਤੇਰੇ ਪੱਤੇ ਤੇਰੇ, ਮਹਿਲੇ ਸਾਰੇ ਛੱਤੇ ਤੇਰੇ, ਰੁੱਖ ਵੀ ਤੇਰੇ ਪੱਤੇ ਤੇਰੇ, ਮਹਿਲੇ ਸਾਰੇ ਛੱਤੇ ਤੇਰੇ, ਫਿੱਕੇ ਤੇਰੇ ਰੱਤੇ ਤੇਰੇ, ਰੰਗ ਸਾਰੇ ਕੱਤੇ ਤੇਰੇ, ਤੂੰ ਕਣ ਕਣ ਵਿੱਚ ਕਣ ਕਣ ਤੇਰਾ, ਸੱਤ ਹੀ ਸੁਰ ਨੇ ਸੱਤੇ ਤੇਰੇ। ਵਾਹ ਗੁਰੂ ਵਾਹ, 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 ਵਾਹ ਗੁਰੂ। ਵਾਹਿਗੁਰੂ ਜੀ ਕੀ ਫਤਿਹ। ਮੈਂ ਫਤਿਹ ਸਿੰਘ ਪਰਹਾਰ ਬੇਨਤੀ ਕਰਦਾ ਹਾਂ ਕਿ ਪਰਸੋਂ ਮਿਤੀ 27 ਨੂੰ, ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ, ਸਮੂਹ ਬਿਸ਼ਪ ਦੁਆਬਾ ਰਾਜਪੂਤ ਭਾਈਚਾਰੇ ਵੱਲੋਂ ਅਤੇ ਨਗਰ ਨਿਵਾਸੀ ਪਿੰਡ ਮਾਈਓ ਪੱਟੀ ਵੱਲੋਂ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਇਸ ਦੇ ਵਿੱਚ ਮੈਂ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਹੁੰਮ ਹੁਮਾ ਕੇ ਪੁੱਜੋ, ਤਾਂ ਕਿ ਇਹ ਸਾਡਾ ਵਿਸ਼ਾਲ ਇਕੱਠ ਜਿਹੜਾ ਹੈ ਉਹ ਹੋਵੇ ਅਤੇ ਬੜੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਦੀਆਂ, ਔਰ ਉਹ ਸਾਡੇ 'ਤੇ ਸਦਾ ਮਿਹਰ ਰੱਖਣ। ਆਪਣਾ ਜੋ ਨਹੀਂ ਜੀਵਨ ਵਾਰਿਆ ਸੀਗਾ ਉਹਦਾ ਸਾਨੂੰ ਹਮੇਸ਼ਾ ਮਾਰਗਦਰਸ਼ਨ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵੀਰ ਸਿੰਘ ਫੁਗਲਾਣਾ, ਪ੍ਰਧਾਨ ਬਿਸ਼ਪ ਦੁਆਬਾ ਰਾਜਪੂਤ ਸਭਾ ਪੰਜਾਬ। ਸੋ ਅਸੀਂ ਸਮੁੱਚੇ ਰਾਜਪੂਤ ਭਾਈਚਾਰੇ ਦੇ ਜਿੱਥੇ ਧੰਨਵਾਦੀ ਹਾਂ, ਉੱਥੇ ਪਿੰਡ ਮਾਈਓ ਪੱਟੀ ਦੇ ਵੀ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਰਲ ਮਿਲ ਕੇ ਪੁਲਿਸਦਾਰ ਦਲਵਿੰਦਰ ਸਿੰਘ ਜੀ ਪਰਮਾਰ ਜੂ ਕੇ, ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਫੁਰਨਾ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਜਨਮ ਦਿਹਾੜਾ ਸਾਡੇ ਇਸ ਨਗਰ ਦੇ ਵਿੱਚ ਮਨਾਇਆ ਜਾਵੇ। ਸੋ ਸਮੁੱਚੇ ਰਾਜਪੂਤ ਭਾਈਚਾਰੇ ਨੇ ਇਕੱਠੇ ਹੋ ਕੇ, ਜੋ ਕਿ ਰਾਜਪੂਤ ਭਾਈਚਾਰੇ ਦਾ ਮਾਣ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਅਦੁੱਤੀ ਸ਼ਹਾਦਤ ਹੈ, ਅਤੇ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਅਸੀਂ ਇੱਥੇ ਮਨਾਉਣ ਦਾ ਫਿਰ ਉਪਰਾਲਾ ਕੀਤਾ, ਔਰ ਸਮੁੱਚੇ ਰਾਜਪੂਤ ਭਾਈਚਾਰੇ ਦੇ ਵਿੱਚ ਬਹੁਤ ਹੀ ਉਤਸ਼ਾਹ ਆ। ਔਰ ਤੁਸੀਂ ਇਹ ਦੇਖ ਵੀ ਰਹੇ ਹਾਂ ਕਿ ਕੱਲ੍ਹ ਵੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਾਰਾ ਰਾਜਪੂਤ ਭਾਈਚਾਰਾ ਇੱਥੇ ਇਕੱਤਰ ਹੋਇਆ ਸੀ, ਔਰ ਜਿਹੜੀਆਂ ਇਸ ਸਮਾਗਮ ਪ੍ਰਤੀ ਜਿਹੜੀਆਂ ਤਿਆਰੀਆਂ ਸੀ ਉਹਨਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ, ਔਰ ਸਾਰੇ ਹੀ ਪੱਖ ਤੋਂ ਜਾਣੂ ਕਰਾਇਆ ਗਿਆ। ਅੱਜ ਸਾਰੀਆਂ ਹੀ ਜਿਹੜੀਆਂ ਸਮਾਜ ਸੇਵੀ ਸੁਸਾਇਟੀਆਂ ਉਹਨਾਂ ਨੇ ਵੀ ਆਪੋ ਆਪਣੀ ਡਿਊਟੀ ਸਾਂਭਦੇ ਹੋਏ ਸਾਰੇ ਹੀ ਨਿਸ਼ਕਾਮ ਜਿਹੜੀ ਇਹ ਸੇਵਾ ਕਰ ਰਹੇ ਆ। ਮਾਈਆਂ ਬੀਬੀਆਂ ਵੀ ਸਵੇਰ ਤੋਂ ਲੋਹ ਲੰਗਰ ਤਿਆਰ ਕਰ ਰਹੇ ਨੇ। ਸੋ ਅੱਜ ਗੁਰਬਾਣੀ ਦੇ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ, ਪਰਸੋਂ ਨੂੰ 27 ਅਕਤੂਬਰ ਨੂੰ ਇਹਨਾਂ ਦੇ ਜਿਹੜੇ ਸੰਪੂਰਨ ਭੋਗ ਪਾਏ ਜਾਣਗੇ।
उपरंत दरबार साहब तो जिहड़े कीर्तनी जथा उपरंत ढाडी जथे अते जिहड़े पंथ प्रसिद्ध कथावाचक हैगे ਉਹ ਸੰਗਤਾਂ ਨੂੰ ਨਰੋਲ ਧਾਰਮਿਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਤੋਂ ਜਿਹੜਾ ਜਾਣੂ ਕਰਾਉਂਗੇ ਸੋ ਅਸੀਂ ਸਮੁੱਚੇ ਰਾਜਪੂਤ ਭਾਈਚਾਰੇ ਨੂੰ ਹੋਰ ਜ਼ੋਰ ਨਿਮਰਤਾ ਸਾਹਿਬ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਬਹੁਤ ਹੀ ਵੱਡਾ ਸਮਾਗਮ ਸੋ ਸੁਣਦੇ ਸੀ ਕਿ 1935 ਦੇ ਵਿੱਚ ਇਹ ਜਿਹੜਾ ਰਾਜਪੂਤ ਭਾਈਚਾਰੇ ਦਾ ਜਿਹੜਾ ਪਹਿਲਾ ਇਕੱਠ ਹੋਇਆ ਸੀ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਸੋ ਰਾਜਪੂਤ ਭਾਈਚਾਰੇ ਦਾ ਉਤਸ਼ਾਹ ਆ ਆਸ ਵਿੱਚ ਹੀ ਪਿਆਰ ਆ ਅਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਇਸ ਇਕੱਠ ਨੂੰ ਯਾਦ ਰੱਖਣਗੀਆਂ ਸੋ ਰਾਜਪੂਤ ਭਾਈਚਾਰੇ ਨੂੰ ਇਹ ਜਿਹੜਾ ਸੁਨੇਹਾ ਬਾਬਾ ਸਿੰਘ ਬੰਦਰ ਜੀ ਦਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਚਾਹੇ ਉਹ ਸ਼ਹੀਦ ਭਾਈ ਮਨੀ ਸਿੰਘ ਦਾ ਹੋਵੇ ਭਾਈ ਬਚਿੱਤਰ ਸਿੰਘ ਜੀ ਦਾ ਹੋਵੇ ਉਹਨਾਂ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਜਿਹੜੇ ਵੱਡੇ ਪੱਧਰ 'ਤੇ ਵਿਸ਼ਵ ਪੱਧਰ 'ਤੇ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਰਸੋਂ ਨੂੰ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸ਼ਮੂਲੀਅਤ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।